ਦਰਸ਼ਕੋ, ਜਦੋਂ ਦਾ ਕਰਤਾਰਪੁਰ ਕੋਰੀਡੋਰ ਖੁੱਲ੍ਹਿਆ ਹੈਗਾ, ਪੰਜਾਬ ਦੇ ਅਤੇ ਇੰਡੀਆ ਦੇ ਸ਼ਰਧਾਲੂਆਂ ਵਿੱਚ ਬਹੁਤ ਜ਼ਿਆਦਾ ਸ਼ਰਧਾ ਅਤੇ ਉਤਸ਼ਾਹ ਹੈਗਾ। ਇਸ ਤਰ੍ਹਾਂ ਜਿਹੜੇ ਫੋਰਨ ਦੇ ਸ਼ਰਧਾਲੂ ਹੈਗੇ ਉਹ ਵੀ ਉਹਨਾਂ ਵਿੱਚ ਬਹੁਤ ਉਤਸ਼ਾਹ ਹੈਗਾ। ਉਹ ਵੀ ਇੱਧਰਲੀ ਸਾਈਡ ਤੋਂ, ਮਤਲਬ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਹੁਤ ਉਤਾਵਲੇ ਹੈਗੇ। ਜਦੋਂ ਵੀ ਮੈਂ ਬਾਰਡਰ 'ਤੇ ਜਾਂਦਾ ਹੈਗਾ, ਇਸ ਤਰ੍ਹਾਂ ਦੇ ਮੈਨੂੰ 5-7 ਸੱਜਣ ਮਿਲ ਜਾਂਦੇ ਹੈਗੇ ਜਿਹੜੇ ਬਾਹਰਲੇ ਦੇਸ਼ਾਂ ਤੋਂ ਆਏ ਹੈਗੇ ਅਤੇ ਉਹ CI ਕਾਰਡ ਬਣਾਇਆ ਹੈਗਾ। ਅਤੇ ਉਹ ਕਿਉਂਕਿ ਗੌਰਮੈਂਟ ਆਫ ਪਾਕਿਸਤਾਨ ਨੇ OCI ਕਾਰਡਰ ਹੋਲਡਰ ਨੂੰ ਇਹ ਫੈਸਿਲਿਟੀ ਦਿੱਤੀ ਹੈਗੀ ਆ, ਉਹ ਜਦੋਂ ਵੀ ਇੱਧਰ ਆਉਂਦੇ ਹੈਗੇ ਪੰਜਾਬ ਜਾਂ ਇੰਡੀਆ, ਇਸ ਲਾਂਘੇ ਰਾਹੀਂ ਉੱਧਰ ਜਾਣਾ ਪ੍ਰੈਫਰ ਕਰਦੇ ਹੈਗੇ। ਇਹਦੇ ਨਾਲ ਨਾਲ ਜੇ ਕੱਲ੍ਹ ਦਾ ਵੀ ਦੇਖਿਆ ਜਾਵੇ, ਡੇਲੀ ਅਰਾਊਂਡ 10,000 ਸ਼ਰਧਾਲੂ ਕੋਰੀਡੋਰ ਪਹੁੰਚਦੇ ਹੈਗੇ ਆ, ਦੂਰਬੀਨ ਰਾਹੀਂ ਦਰਸ਼ਨ ਕਰਦੇ ਹੈਗੇ ਆ। ਉਹਨਾਂ ਦੇ ਮਨ ਵਿੱਚ ਬਹੁਤ ਸ਼ਰਧਾ ਅਤੇ ਉਤਸ਼ਾਹ ਹੈਗਾ, ਪਰ ਉਹ ਜਿਹੜਾ ਪ੍ਰੋਸੀਜਰ ਹੈਗਾ ਨਾ, ਉਹ ਅਜੇ ਵੀ ਜਿਹੜਾ ਹੈਗਾ ਸ਼ਰਧਾਲੂਆਂ ਲਈ ਕੰਬਰਸਮ ਲੱਗਦਾ ਹੈਗਾ। ਇੱਕ ਤਾਂ ਪਾਸਪੋਰਟ ਦੀ ਕੰਡੀਸ਼ਨ ਤੁਹਾਨੂੰ ਪਤਾ ਹੈਗੀ, ਹਰ ਬੰਦੇ ਕੋਲ ਕੋਈ ਪਾਸਪੋਰਟ ਨਹੀਂ ਹੈਗੇ। ਜਿਹੜੇ 50 ਸਾਲ ਤੋਂ ਉੱਪਰ ਹੈਗੇ ਉਹ ਯੂਜਲੀ ਪਾਸਪੋਰਟ ਬਣਾਉਣ ਵਿੱਚ ਇੰਟਰਸਟਿਡ ਨਹੀਂ ਹੈਗੇ। ਇਸ ਤਰ੍ਹਾਂ ਹੀ ਕੱਲ੍ਹ ਪਹਿਲਾ ਦਿਨ ਰਿਹਾ 16ਵੇਂ ਦਿਨ ਬਾਅਦ, ਜਦੋਂ 1497 ਦੇ ਕਰੀਬ ਜਿਹੜੇ ਸ਼ਰਧਾਲੂ ਆ, 1467 ਸ਼ਰਧਾਲੂ 16ਵੇਂ ਦਿਨ ਉੱਥੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਹੈਗੇ। ਇਹਦੇ ਵਿੱਚ ਇਹ ਜਿਹੜੇ ਤੁਸੀਂ ਦੇਖ ਰਹੇ ਹੋ, ਇਹ ਸ਼ਰਧਾਲੂ ਸੀ ਉੱਪਰ। ਇਸ ਤਰ੍ਹਾਂ ਪਾਕਿਸਤਾਨ ਇਮੀਗ੍ਰੇਸ਼ਨ ਦੇ ਅਧਿਕਾਰੀ ਬੜੇ ਬਾਗੋ ਬਾਗ ਹੋਏ, ਖੁਸ਼ ਹੋਏ, ਕਿਉਂਕਿ ਅਦਰਵਾਈਜ਼ ਵਿਹਲਾ ਰਹਿੰਦਾ ਹੈਗਾ। ਇਹ ਹੁਣ ਤੱਕ ਲਾਂਘਾ ਖੁੱਲ੍ਹਣ 'ਤੇ ਸਭ ਤੋਂ ਜ਼ਿਆਦਾ ਗਿਣਤੀ ਸੀ, ਨਹੀਂ ਤਾਂ 2-4 ਸੌ 500 2-4 ਸੌ 500। ਦਰਸ਼ਕੋ, ਜਿਵੇਂ ਤੁਹਾਨੂੰ ਦੱਸਿਆ ਹੈਗਾ, 16ਵੇਂ ਦਿਨ 1467 ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹੈਗੇ। ਉਹਨਾਂ ਵਿੱਚ ਬਹੁਤ ਭਾਰੀ ਉਤਸ਼ਾਹ ਸੀ। ਇਹ ਉਤਸ਼ਾਹ ਉਦੋਂ ਮੱਠਾ ਪੈ ਗਿਆ ਵੀ ਜਦੋਂ ਇਮੀਗ੍ਰੇਸ਼ਨ ਅਧਿਕਾਰੀ ਵੀ ਜਦੋਂ ਸਿਰਫ 5,000 ਦੀ ਬਜਾਏ ਸਿਰਫ 200-300-250-300 ਦਾ ਅੰਕੜਾ ਨਹੀਂ ਪਾਰ ਹੋਇਆ ਸੀ। ਇਹ ਇੱਕ ਅੱਛੀ ਗੱਲ ਹੈਗੀ ਆ, ਪਰ ਇਹ ਵੀ ਇੰਨੀ ਖੁਸ਼ੀ ਮਨਾਉਣ ਵਾਲੀ ਗੱਲ ਇਹ ਇਸ ਕਰਕੇ ਨਹੀਂ ਹੈਗੀ ਕਿਉਂਕਿ ਟੈਂਪਰੇਰੀ ਟ੍ਰਾਂਜ਼ਿਟ ਹੈਗਾ, ਕਿਉਂਕਿ ਜਿੰਨੀ ਦੇਰ 5,000 ਸ਼ਰਧਾਲੂਆਂ ਦੀ ਲਿਮਿਟ ਪੂਰੀ ਨਹੀਂ ਹੁੰਦੀ ਹੈਗੀ, ਉਨੀ ਦੇਰ ਤੱਕ ਉਹਦੇ ਕਾਰਨ ਕੀ ਹੈਗੇ ਆ ਉਹ ਸਾਰਿਆਂ ਨੂੰ ਦੇਖਣ ਦੀ ਲੋੜ ਹੈ। ਇਸ ਤਰ੍ਹਾਂ ਹੈੱਡ ਗ੍ਰੰਥੀ ਨੇ ਜਿਹੜਾ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਸਪੀਕਰ ਰਾਹੀਂ ਜਾਣਕਾਰੀ ਦਿੱਤੀ, ਉਹ ਵੀ ਬੜੇ ਖੁਸ਼ ਹੋਏ। ਇਹ ਤੁਸੀਂ ਜਿਹੜੇ ਬੱਚੇ ਦੇਖ ਰਹੇ ਹੋ, ਕਰਤਾਰਪੁਰ ਸਾਹਿਬ ਜਿਹੜਾ ਦੂਰਬੀਨ ਰਾਹੀਂ ਖਡੂਰ ਸਾਹਿਬ ਅਕੈਡਮੀ ਤੋਂ ਆਏ ਹੈਗੇ, ਇਸ ਤਰ੍ਹਾਂ ਹਜ਼ਾਰਾਂ ਸ਼ਰਧਾਲੂ ਆਉਂਦੇ ਹੈਗੇ ਆ। ਜਿਸ ਤਰ੍ਹਾਂ ਸਾਨੂੰ ਹੈੱਡ ਗ੍ਰੰਥੀ ਸਾਹਿਬ ਦੀ ਦੱਸਿਆ ਹੈਗਾ, ਉਹ ਵੀ ਬਹੁਤ ਖੁਸ਼ ਹੋਇਆ ਕਿਉਂਕਿ ਪਹਿਲੀ ਵਾਰ ਇੰਨਾ ਜ਼ਿਆਦਾ ਸ਼ਰਧਾਲੂ ਆਏ ਹੈਗੇ। ਇਸ ਦਿਨ ਪਾਕਿਸਤਾਨ ਦੇ ਜਿਹੜੇ ਵਸਨੀਕ ਆ ਉਹਨਾਂ ਦੀ ਵੀ ਆਮਦ ਵਧੀ ਹੈਗੀ ਆ। ਜਿਸ ਤਰ੍ਹਾਂ ਜ਼ਰੂਰ ਨਾਨਕ ਦੇਵ ਵਿੱਚ ਇਹ ਜ਼ਰੂਰੀ ਨਹੀਂ ਵੀ ਸਿੱਖਾਂ ਵਿੱਚ ਜਿਹੜੇ ਉੱਧਰਲੇ ਮੁਸਲਿਮ ਆ ਪਾਕਿਸਤਾਨ ਦੇ ਜਾਂ ਦੇਸ਼ ਹੋਰ ਦੇਸ਼ਾਂ ਦੇ, ਬਹੁਤ ਗੁਰੂ ਨਾਨਕ ਦੇਵ ਜੀ ਪ੍ਰਤੀ ਦੀ ਸ਼ਰਧਾ ਅਤੇ ਉਤਸ਼ਾਹ ਹੈਗਾ। ਅਤੇ ਉਹ ਵੀ ਉੱਥੇ ਜਿਹੜਾ ਗੁਰਦੁਆਰਾ ਸਾਹਿਬ ਪਹੁੰਚਦੇ ਹੈਗੇ ਆ, ਅਤੇ ਉਹਨਾਂ ਵਿੱਚ ਵੀ ਕਾਫੀ ਉਤਸ਼ਾਹ ਹੈਗਾ। ਵਿੱਚ ਵਿੱਚ ਮੈਨੂੰ ਵੀ ਕਮੈਂਟਸ ਆਉਂਦੇ ਰਹਿੰਦੇ ਹੈਗੇ ਆ, ਉਹ ਉਹਨਾਂ ਵਿੱਚ ਜਿਹੜਾ ਗੁਰੂ ਨਾਨਕ ਦੇਵ ਜੀ ਪ੍ਰਤੀ ਬਹੁਤ ਆਸਾ ਹੈਗੀ। ਇਸ ਤਰ੍ਹਾਂ ਹੀ ਉਹ ਜਿਹੜਾ ਹੈਗਾ ਗੁਰੂ ਨਾਨਕ ਜਿਹੜਾ ਗੁਰਦੁਆਰਾ ਸਾਹਿਬ ਦੇ ਮਜ਼ਾਰ ਖੂਹ ਸਰਾਂ ਤੋਂ ਇਲਾਵਾ ਹੋਰ ਜਿਹੜੀਆਂ ਅਧਿਕਾਰੀ ਵੱਲੋਂ ਪਾਕਿਸਤਾਨ ਅਧਿਕਾਰੀਆਂ ਵੱਲੋਂ ਇਜਾਜ਼ਤ ਮਿਲਦੀ ਹੈਗੀ, ਉੱਥੇ ਉਹ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੈਗੇ। ਇਸ ਤਰ੍ਹਾਂ ਹੀ ਦੱਸਿਆ ਜਾਵੇ, ਗੁਰਦੁਆਰਾ ਸਾਹਿਬ ਦਾ ਜਿਹੜਾ ਪੂਰਾ ਕੰਪਲੈਕਸ 42 ਏਕੜ ਵਿੱਚ ਹੈਗਾ, ਜਿਹਦੇ ਵਿੱਚੋਂ 450 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਦਿੱਤੀ ਗਈ ਆ, ਜਿਹਦੇ ਵਿੱਚ ਇਮੀਗ੍ਰੇਸ਼ਨ ਕੇਂਦਰ, ਸੜਕ, ਦਰਸ਼ਨੀ ਡਿਓੜੀ,
ਇਸ਼ਨਾਨ ਘਰ, ਲੰਗਰ, ਸਰਾਂ ਅਤੇ ਹਸਪਤਾਲਾਂ ਤੋਂ ਇਲਾਵਾ ਜਿਹੜੀ ਬਾਕੀ ਜ਼ਮੀਨ ਹੈ ਉਹਦੇ 'ਤੇ ਖੇਤੀ ਕੀਤੀ ਜਾਂਦੀ ਹੈਗੀ ਆ, ਜਿਸ ਤੋਂ ਆਮਦਨ ਹੁੰਦੀ ਹੈ ਅਤੇ ਉਹਦੇ ਵਿੱਚ ਜਿਹੜੀਆਂ ਬੀਜੀਆਂ ਸਬਜ਼ੀਆਂ ਗੁਰਦੁਆਰਾ ਸਾਹਿਬ ਲਈ ਜਿਹੜੇ ਲੰਗਰ ਦੇ ਤੌਰ 'ਤੇ ਵਰਤੀਆਂ ਜਾਂਦੀਆਂ, ਭਾਰਤ ਤੋਂ ਗਏ ਸ਼ਰਧਾਲੂ ਪ੍ਰਸ਼ਾਦ ਦੇ ਤੌਰ 'ਤੇ ਗੁਰਦੁਆਰਾ ਸਾਹਿਬ ਦੀ ਖੂਹ ਤੋਂ ਪਾਣੀ ਵੀ ਭਰਦੇ ਆ, ਕਿਤੇ ਸਬਜ਼ੀਆਂ ਪੁੱਟ ਕੇ ਵੀ ਲਿਆ ਰਹੇ ਨੇ ਹੈਗੇ। ਮਤਲਬ ਸ਼ਰਧਾਲੂਆਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈਗਾ। ਇੱਧਰ ਜਿੰਨੇ ਵੀ ਸ਼ਰਧਾਲੂ ਜਾਂਦੇ ਉਹਨਾਂ ਵਿੱਚ ਇਮਰਾਨ ਖਾਨ ਅਤੇ ਸਿੱਧੂ ਦੀ ਤਾਰੀਫ ਕਰਦੇ ਹੈਗੇ, ਤਾਰੀਫ ਕਰਨੀ ਬਣਦੀ ਵੀ ਹੈਗੀ ਹੈ, ਕੋਈ ਇਹਦੇ ਵਿੱਚ ਅਤਕਥਨੀ ਨਹੀਂ ਹੈਗੀ। ਇਸ ਜਿਹੜੇ ਹੈਗੇ ਆਮ ਸ਼ਰਧਾਲੂ ਹੈਗੇ ਆ ਉਹ ਸਿੱਧੂ ਸਾਹਿਬ ਅਤੇ ਇਮਰਾਨ ਖਾਨ ਦੀ ਤਾਰੀਫ ਕਰਦੇ ਹੈਗੇ ਆ। ਭਾਵੇਂ ਇੱਧਰ ਸਿੱਧੂ ਸਾਹਿਬ ਨੂੰ ਪੋਲੀਟੀਕਲੀ ਉਹਦੀਆਂ ਜਿਹੜੀਆਂ ਹੈਗੀਆਂ ਉਹ ਰਿਪਰਕਸ਼ਨ ਵੀ ਭੁਗਤੇ ਹੈਗੇ ਆ। ਇਸ ਤਰ੍ਹਾਂ ਜਿਹੜੇ ਸ਼ਰਧਾਲੂ ਜਾਂਦੇ ਹੈਗੇ ਉੱਧਰਲੇ ਜਿਹੜੇ ਲੋਕਾਂ ਨਾਲ ਮਿਲਦੇ ਹੈਗੇ, ਇਸ ਤਰ੍ਹਾਂ ਟੀਚਰਾਂ ਤੋਂ ਵਾਪਸ ਗਿਆ ਸੀ ਉਹਨਾਂ ਨੇ ਉੱਧਰਲੇ ਜਿਹੜੇ ਟੀਚਰਾਂ ਨਾਲ ਕੁਛ ਮਿਲ ਕੇ SST ਦੀਆਂ ਅਤੇ ਦੂਸਰੀਆਂ ਅਧਿਆਪਕਾਂ ਨੇ ਦੱਸਿਆ ਇੱਥੇ ਨਿੱਜੀ ਸਕੂਲਾਂ ਦੀ ਗਿਣਤੀ ਬਹੁਤ ਘੱਟ ਹੈਗੀ ਪਾਕਿਸਤਾਨ ਵਿੱਚ। ਪਿੰਡਾਂ ਵਿੱਚ ਜਿਹੜੇ ਗਰੀਬ ਲੋਕ ਹਨ ਉਹ ਜ਼ਿਆਦਾ ਤੌਰ 'ਤੇ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਾਉਂਦੇ ਹੈਗੇ ਆ, ਬਹੁਤ ਜਿਹੜੇ ਅਮੀਰ ਲੋਕ ਆ ਉਹ ਨਿੱਜੀ ਸਕੂਲਾਂ ਵਿੱਚ ਪੜ੍ਹਾਉਂਦੇ ਹੈਗੇ। ਉੱਥੇ ਜਿਹੜਾ ਪਾਕਿਸਤਾਨ ਵਿੱਚ ਸਰਕਾਰੀ ਸਕੂਲਾਂ ਵਿੱਚ ਉਰਦੂ ਲਾਜ਼ਮੀ ਭਾਸ਼ਾ ਹੈ ਕਿ 10ਵੀਂ ਤਾਈਂ ਫਰੀ ਦਿੱਤੀ ਜਾਂਦੀ। ਇਸ ਤਰ੍ਹਾਂ ਜਿਹੜੇ ਕਰਤਾਰਪੁਰ ਕੋਰੀਡੋਰ ਦੀ ਤੁਹਾਨੂੰ ਦੱਸਿਆ ਹੈਗਾ 1467 ਸ਼ਰਧਾਲੂ ਗਏ ਹੈਗੇ। ਇਸ ਤਰ੍ਹਾਂ ਹੀ ਜਿਹੜੀ ਹੈਗੀ ਆ ਇੱਕ ਜਿਹੜੀ ਸੰਸਥਾ ਬਣੀ ਸੀ ਰਾਵੀ ਦਰਸ਼ਨ ਅਵਲਾਸੀ ਸੰਸਥਾ, ਉਹਦੇ ਜਿਹੜੇ ਸਕੱਤਰ ਆ ਗੁਰਵਿੰਦਰ ਸਿੰਘ ਬਾਜਵਾ। ਦਰਸ਼ਕੋ ਇਹ ਗੁਰਵਿੰਦਰ ਸਿੰਘ ਬਾਜਵਾ ਉਸ ਸੰਸਥਾ ਨਾਲ ਜੁੜੇ ਹੈਗੇ ਜਿਹੜੇ ਕੁਲਦੀਪ ਸਿੰਘ ਬਡਾਲਾ, ਜਿਹੜੇ ਕਿ 2002 ਤੋਂ ਲਗਾਤਾਰ ਹਰ ਇੱਥੇ ਜਿਹੜਾ ਸੰਗਰਾਂਦ ਵਾਲੇ ਦਿਨ ਜਦੋਂ ਬਾਰਡਰ ਨਹੀਂ ਖੁੱਲ੍ਹਿਆ ਸੀ, ਮਤਲਬ 2002 ਤੋਂ 18 ਵਿੱਚ ਉਹਨਾਂ ਦੀ ਡੈੱਥ ਹੋਈ, ਉਹ 16 ਸਾਲ ਆਪਣੇ ਜੱਥਿਆਂ ਨੂੰ ਲੈ ਕੇ ਜਿਹੜੇ ਸ਼ਰਧਾਲੂਆਂ ਨੂੰ ਲੈ ਕੇ ਇੱਥੇ ਅਰਦਾਸਾਂ ਕਰਦੇ ਰਹੇ। 2018 ਵਿੱਚ ਅਨਫੋਰਚੁਨੇਟਲੀ ਉਹਨਾਂ ਦੀ ਡੈੱਥ ਹੋ ਗਈ। ਹੁਣ ਉਹ ਤੋਂ ਬਾਅਦ ਵਿੱਚ ਉਹਨਾਂ ਦੇ ਸਪੁੱਤਰ ਜਿਹੜੇ ਬਡਾਲਾ ਸਾਹਿਬ ਉਹ ਇਸ ਵੇਲੇ ਲੋਕਲ MLA ਹੈਗੇ, ਉਹ ਵੀ ਅਰਦਾਸਾਂ ਬਾਅਦ ਵਿੱਚ ਕੰਟੀਨਿਊ ਕਰਦੇ ਰਹੇ ਹੈਗੇ ਆ। ਇਸ ਤਰ੍ਹਾਂ ਹੀ ਇਹ ਜਿਹੜੇ ਪਿੰਡਾਂ ਦੇ ਆਮ ਬਜ਼ੁਰਗ ਆ ਜਿਹੜੇ 80-85 ਤੋਂ ਉੱਪਰ ਹੋ ਗਏ ਆ, ਜਿਹੜੇ ਕਿ ਪਾਕਿਸਤਾਨ ਤੋਂ ਆਏ ਹੈਗੇ ਆ, ਉਹਨਾਂ ਦੀ ਅਜੇ ਵੀ ਬਹੁਤ ਤਮੰਨਾ ਹੈਗੀ ਆ ਆਪਣੇ ਪਾਕਿਸਤਾਨ ਆਪਣੇ ਪਿੰਡ ਵਿੱਚ ਜਾਣੇ ਦੀ, ਅਤੇ ਆਪਣੇ ਜਿਹੜੇ ਪੁਰਾਣੇ ਦੋਸਤ ਜੇ ਕਿਤੇ ਉਹਨਾਂ ਦੀ ਪਰਮਾਤਮਾ ਨੇ ਲੰਬੀ ਉਮਰ ਕੀਤੀ ਹੋਵੇ ਦੋਸਤਾਂ ਦੀ ਅਜੇ ਇਸ ਇਨਸਾਨ ਇਸ ਸੰਸਾਰ ਵਿੱਚ ਹੋਣ, ਉਹਨਾਂ ਨੂੰ ਮਿਲਣ ਦੀ ਇੱਛਾ ਹੈਗੀ। ਉਹ ਅੜਚਣ ਉਹ ਹੀ ਆਉਂਦੀ ਆ ਵੀ ਇਸ ਉਮਰ 'ਤੇ 80-85 'ਤੇ ਪਾਸਪੋਰਟ ਬਣਾਉਣਾ ਫਿਰ ਜਾਣਾ, ਇੱਕ ਵੈਸੇ ਵੀ ਸਿਹਤ ਠੀਕ ਨਹੀਂ ਰਹਿੰਦੀ ਹੈਗੀ ਆ। ਇਸ ਤਰ੍ਹਾਂ ਇੱਕ ਬਜ਼ੁਰਗ ਹੈਗੇ ਉਹਨਾਂ ਨੇ ਕਿਹਾ ਵੀ ਜਿਹੜਾ ਤਹਿਸੀਲ ਨਾਰੋਵਾਲ ਜਿਹੜਾ ਸਿਆਲਕੋਟ ਉਸ ਵੇਲੇ ਸੀ ਪਿੰਡ ਉੱਚੀ ਜਿਹੜਾ 12 ਕੋਹ ਦੀ ਦੂਰੀ 'ਤੇ ਹੈਗਾ ਲਗਭਗ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ, ਉਹ ਕਹਿੰਦੇ ਅਸੀਂ ਉੱਥੇ ਰੋਜ਼ ਮੱਥਾ ਟੇਕਣ ਜਾਇਆ ਕਰਦੇ ਸਨ। ਇਸ ਤਰ੍ਹਾਂ ਦੋਨੋਂ ਦੇਸ਼ਾਂ ਦੇ ਲੋਕ ਆਵਾਮ ਇੱਕ ਦੂਜੇ ਨੂੰ ਬਹੁਤ ਪਿਆਰ ਅਤੇ ਸ਼ਿੱਦਤ ਨਾਲ ਮਿਲਣਾ ਚਾਹੁੰਦੇ ਹੈਗੇ। ਸੋ ਜਿਹੜਾ ਇਹ ਲਾਂਘੇ ਤੋਂ ਇਲਾਵਾ ਜਿਹੜਾ ਵੀਜ਼ਾ ਸਿਸਟਮ ਦੋਨੋਂ ਸਰਕਾਰਾਂ ਨੂੰ ਇਜ਼ੀ ਕਰਨਾ ਚਾਹੀਦਾ ਹੈਗਾ। ਔਫਕੋਰਸ ਜਿਹੜੀਆਂ ਦੋਨੋਂ ਸਰਕਾਰਾਂ ਦੀਆਂ ਫੋਰਮੈਲਿਟੀਆਂ ਤਾਂ ਪੂਰੀਆਂ ਕਰਨੀਆਂ ਪੈਣਗੀਆਂ, ਉਹਦੇ ਤੋਂ ਬਾਅਦ ਜਿਹੜਾ ਹੈਗਾ ਜਿੰਨਾ ਹੋ ਸਕੇ ਸਿੰਪਲੀਫਾਈ ਤਾਂ ਕਿ ਇੱਕ ਦੂਸਰੇ ਦੇ ਜਿਹੜੇ ਵਸਿੰਦੇ ਆਵਾਮ ਆਸਾਨੀ ਨਾਲ ਜਾ ਸਕਣ। ਇਸ ਤਰ੍ਹਾਂ ਅਸੀਂ ਜਿਹੜੇ ਬਾਰਡਰ 'ਤੇ ਆਏ ਉਹਨਾਂ ਨੇ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਆ ਉੱਥੋਂ ਦੇ। ਪਰ ਬੀਬੀਆਂ ਦਾ ਗਰੁੱਪ ਚੰਡੀਗੜ੍ਹੋਂ ਆਇਆ ਹੈਗਾ, ਇਹਨਾਂ ਨਾਲ ਗੱਲਬਾਤ ਕਰਦੇ। ਹਾਂਜੀ ਮਾਤਾ ਜੀ, ਕੀ ਨਾਂ ਤੁਹਾਡਾ? ਕੁਲਵੰਤ ਕੌਰ ਜੀ। ਚੰਡੀਗੜ੍ਹੋਂ ਆਏ ਹੋ? ਹਾਂਜੀ। ਅੱਜ ਕਿਵੇਂ ਆਏ ਸੀ ਇੱਥੇ ਪਹਿਲਾਂ ਦੱਸੋ? ਅੱਜ ਬਸ ਦਰਸ਼ਨ ਕਰਨ ਆਏ ਸੀ ਜੀ ਇੱਥੇ। ਅੱਛਾ, ਇਹ ਤਾਂ ਦੂਰੋਂ ਦਰਸ਼ਨ ਕਿਤੇ, ਲਾਗਿਓਂ ਦਰਸ਼ਨ ਕਰੋ। ਹਾਂਜੀ, ਲਾਗਿਓਂ ਦਰਸ਼ਨ ਕਰੋ, ਉਧਰ ਵੀ ਜਾਓ ਗੁਰਦੁਆਰਾ ਸਾਹਿਬ ਵਿੱਚ। ਉਧਰ ਜਾ ਨਹੀਂ ਹੁੰਦਾ, ਪਾਸਪੋਰਟ ਵੀ ਨਾ ਹੁਣ ਕਰਦੇ ਜੀ। ਅੱਛਾ, ਪਾਸਪੋਰਟ ਨਹੀਂ ਬਣਿਆ? ਹਾਂਜੀ, ਪਾਸਪੋਰਟ ਨਹੀਂ ਬਣਾਇਆ ਗਿਆ। ਅੱਛਾ, ਚਲੋ ਪਾਸਪੋਰਟ ਬਣਾਓ। ਤੇ ਪ੍ਰੋਸੀਜਰ ਪਤਾ ਲੱਗ ਗਿਆ ਤੁਹਾਨੂੰ ਹੁਣ? ਹਾਂਜੀ, ਆਨਲਾਈਨ ਅਪਲਾਈ ਹੋਣਾ ਹੈਗਾ। ਅੱਛਾ ਜੀ। ਇੱਕ ਪਾਸਪੋਰਟ ਦੀ ਕਾਪੀ ਚਾਹੀਦੀ, ਪਾਸਪੋਰਟ ਚਾਹੀਦਾ, ਆਧਾਰ ਕਾਰਡ ਤੇ ਫੋਟੋ। ਅੱਛਾ ਜੀ। ਆਨਲਾਈਨ ਅਪਲਾਈ ਕਰ ਲਓ, ਚੰਡੀਗੜ੍ਹੋਂ ਬਥੇਰੇ ਕੰਪਿਊਟਰ ਵਾਲੇ ਹੈਗੇ ਆ। ਹਾਂਜੀ। ਉੱਥੇ ਇੱਥੇ ਆ ਕੇ ਕਿਵੇਂ ਖੁਸ਼ ਹੋਏ ਤੁਸੀਂ ਲਾਂਘਾ ਦੇਖ ਕੇ? ਹਾਂਜੀ, ਖੁਸ਼ ਤਾਂ ਹੋਏ ਜੀ ਲਾਂਘਾ। ਅੱਛਾ, ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰੀ ਆਏ। ਅੱਛਾ, ਬਾਕੀ ਤੁਹਾਡੇ ਬੱਚੇ ਹੀ ਕਰਦੇ ਹੈਗੇ? ਬੱਚੇ ਦਾ ਘਰ ਖੇਤੀਬਾੜੀ ਉਹ ਕਰਦੇ ਜੀ। ਹੈ? ਖੇਤੀਬਾੜੀ ਉਹ ਕਰਦੇ। ਅੱਛਾ, ਖੇਤੀਬਾੜੀ ਕਰਦੇ। ਚਲੋ, ਤੁਹਾਡਾ ਨਾਂ ਕੀ ਹੈ ਮਾਤਾ ਜੀ? ਜਸਲੀਨ। ਕਿੱਥੋਂ ਆਏ ਤੁਸੀਂ? ਮੋਹਾਲੀ ਤੋਂ। ਅੱਛਾ ਅੱਛਾ, ਅੱਜ ਪਹਿਲੀ ਵਾਰੀ ਆਏ ਇੱਥੇ ਦਰਸ਼ਨ? ਕਿਵੇਂ ਲੱਗਾ, ਮਨ ਖੁਸ਼ ਹੋ ਗਿਆ? ਹਾਂਜੀ, ਖੁਸ਼ ਤਾਂ ਹੋ ਗਿਆ, ਯਾਨੀ ਜ਼ਿਆਦਾ ਦਰਸ਼ਨ ਕਰਕੇ। ਪਾਸਪੋਰਟ ਹੈਗਾ ਕਿ ਨਹੀਂ? ਨਹੀਂ। ਫਿਰ ਪਾਸਪੋਰਟ ਬਣਾਓ, ਥੋੜੇ ਪੈਸੇ ਖਰਚੋ ਨਾ, ਬਾਬੇ ਨਾਨਕ ਕੋਲ ਜਾਣਾ ਤੇ ਪਾਸਪੋਰਟ ਬਣਾਉਣਾ ਪਏਗਾ। ਹੈ, ਹੁਣ ਗਾਹਾਂ ਨੂੰ ਆਉਂਗੇ ਜਦ ਜੀ। ਹਾਂ, ਉਦੋਂ ਬਣਾਓ। ਹਾਂਜੀ ਮੈਡਮ, ਕੀ ਨਾਂ ਤੁਹਾਡਾ? ਮਨਦੀਪ ਕੌਰ। ਤੁਸੀਂ ਵੀ ਚੰਡੀਗੜ੍ਹੋਂ ਆਏ? ਹਾਂਜੀ ਹਾਂਜੀ।
ਪਹਿਲੀ ਵਾਰੀ ਆਏ ਇੱਧਰ? ਹਾਂਜੀ ਪਹਿਲੀ ਵਾਰੀ। ਕਿਵੇਂ ਮਨ ਖੁਸ਼ ਹੋ ਗਿਆ ਲਾਂਘੇ ਦੇਖ ਕੇ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਅੱਛਾ, ਲਾਂਘੇ ਬਾਰੇ ਕੀ ਵਿਚਾਰ ਆ ਜਿਹੜਾ ਖੁੱਲਿਆ ਹੈਗਾ? ਬਸ ਜੀ ਖੁੱਲਣਾ ਚਾਹੀਦਾ ਹੈ। ਅੱਛਾ, ਖੁੱਲ ਗਿਆ ਹੁਣ ਤਾਂ ਜੀ? ਬਸ ਦੇਖੋ ਜੀ, ਹਲੇ ਅਸੀਂ ਤਾਂ ਇੱਧਰ ਹੀ ਖੜੇ ਆ ਨਾ। ਤੁਹਾਡੇ ਕੋਲ ਪਾਸਪੋਰਟ ਹੈਗਾ ਕਿ ਨਹੀਂ? ਨਹੀਂ ਜੀ, ਹਲੇ ਨਹੀਂ। ਪਾਸਪੋਰਟ ਬਣਾਓ। ਠੀਕ ਹੈ। ਹਾਂ, ਪਾਸਪੋਰਟ ਤੁਹਾਨੂੰ ਜਿਵੇਂ ਦੱਸਿਆ, ਪਾਸਪੋਰਟ, ਆਧਾਰ ਕਾਰਡ ਅਤੇ ਫੋਟੋ, ਇਹ ਔਨਲਾਈਨ ਅਪਲਾਈ ਕਰੋ। ਹਾਂਜੀ। ਉਹਦਾ ਕੰਮ ਕਰ ਕੀ ਕਰਦੇ ਹੋ? ਬਸ ਜੀ ਆਪਣਾ ਕਾਰੋਬਾਰ ਹੈ। ਕਾਹਦਾ? ਖੇਤੀਬਾੜੀ। ਖੇਤੀਬਾੜੀ। ਕਿਹੜਾ? ਚੰਡੀਲਾ ਘਾਟ ਦੇ ਲਾਗੇ ਕੋਈ ਪਿੰਡ ਹੈ? ਹਾਂਜੀ, ਬਠਲਾਣਾ ਪਿੰਡ ਹੈ। ਬਠਲਾਣਾ ਪਿੰਡ ਕਿਹਨੇ? ਅੱਛਾ, ਮੋਹਾਲੀ। ਗੁੱਡ ਗੁੱਡ। ਅਤੇ ਕਿੰਨੀ ਕੁ ਜ਼ਮੀਨ ਹੈ? 20-25 ਕਿੱਲੇ ਹੈ। 20-25 ਕਿੱਲੇ ਤਾਂ ਬਹੁਤ ਹੁੰਦੀ ਹੈ, ਅਮੀਰ ਹੋ ਫਿਰ ਤਾਂ ਤੁਸੀਂ। ਹਾਂਜੀ, ਅਮੀਰ ਤਾਂ ਹੈ। ਤੁਹਾਡੇ ਹਸਬੈਂਡ ਬੱਚੇ ਨਹੀਂ ਆਏ ਹੈਗੇ? ਤੁਸੀਂ ਅੱਜ ਲੇਡੀਜ਼ ਆਈ ਹੈ ਸਾਰੀ? ਹਾਂਜੀ ਹਾਂਜੀ, ਲੇਡੀਜ਼ ਹੈ, ਦੋ ਜੈਂਟਸ ਨੇ। ਅੱਛਾ, ਚਲੋ ਵਧੀਆ ਵਧੀਆ। ਹਾਂਜੀ, ਤੁਹਾਡਾ ਨਾਂ ਕੀ ਮੈਡਮ? ਨਰਿੰਦਰ ਕੌਰ। ਕਿੱਥੋਂ ਆਏ ਹੋ? ਚੰਡੀਗੜ੍ਹ ਵਾਲੇ ਤਾਂ ਅਮੀਰ ਬੰਦੇ ਆ, ਪਾਸਪੋਰਟ ਕਿਉਂ ਨਹੀਂ ਬਣਾਇਆ ਪਹਿਲਾਂ ਦੱਸੋ? ਪਾਸਪੋਰਟ ਬਣਾਓ ਤੇ ਜਾਓ। ਹਾਂਜੀ, ਤੁਹਾਡਾ ਨਾਂ ਕੀ ਹੈ? ਜਸਵੀਰ ਕੌਰ। ਤੁਹਾਡੀ ਵੀ ਪਾਸਪੋਰਟ ਦੀ ਸਮੱਸਿਆ ਹੈ? ਅੱਛਾ, ਕੀ ਤੁਹਾਡੇ ਬੱਚੇ ਕੀ ਕਰਦੇ ਹੈਗੇ? ਬਸ ਬੱਚੇ ਤਾਂ ਜੀ ਦੋ ਪੜ੍ਹਾਟ ਹੈ, ਇੱਕ ਐਮ ਕੌਮ ਕੀਤੀ ਹੋਈ ਹੈ। ਅੱਛਾ, ਇੱਕ ਨੇ ਡਿਪਲੋਮਾ ਮਕੈਨੀਕਲ ਦਾ ਕੀਤਾ ਹੋਇਆ। ਕੀ ਕਰਦੇ ਆ? ਆਪਣਾ ਬੇਟਾ ਤਾਂ ਜੌਬ ਕਰਦਾ ਹੈ ਜੀ। ਅੱਛਾ, ਬੱਚੇ ਦੂਜੇ ਘਰੇ ਨੇ। ਅੱਛਾ, ਬੇਟੀ ਦੀ ਸ਼ਾਦੀ। ਪਾਸਪੋਰਟ ਬਾਬੇ ਨਾਨਕ ਨੂੰ ਕਹੋ ਜੀ, ਪਾਸਪੋਰਟ ਤੁਹਾਡਾ ਬਣਾ ਦੇਵੇ। ਬਸ ਜੀ, ਕਿਤੇ ਸਿੱਧਾ ਹੀ ਲਾਂਘਾ ਹੋ ਸਿੱਧਾ ਲਾਂਘਾ। ਇਹ ਹੁਣ ਇਹ ਤਾਂ ਸਰਕਾਰਾਂ ਨੇ, ਹਾਂ, ਅਰਦਾਸ ਕਰੋ, ਹੋ ਸਕਦਾ ਇਹ ਦੋਨੋਂ ਦੇਸ਼ ਸਿੱਧਾ ਲਾਂਘਾ ਵੀ ਕਰਦੇ। ਚਲੋ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਕੀ ਆਪਣਾ? ਮੇਰਾ ਨਾਮ ਪਲਵਿੰਦਰ ਸਿੰਘ ਹੈ ਜੀ। ਕਿਹੜੀ ਜਗ੍ਹਾ ਰਹਿੰਦੇ ਹੋ? ਮੇਰਾ ਡੇਰਾ ਬਾਬਾ ਨਾਨਕ ਤੋਂ 3 ਕਿਲੋਮੀਟਰ ਦੂਰ ਸਮਰਾਹ ਪਿੰਡ ਹੈ ਜੀ। ਵਾਹ ਜੀ ਵਾਹ, ਡੇਰਾ ਬਾਬਾ ਨਾਨਕ ਤਾਂ ਬੜਾ ਮਸ਼ਹੂਰ ਹੋ ਗਿਆ, ਇੰਟਰਨੈਸ਼ਨਲ ਲੈਵਲ ਦਾ ਹੋ ਗਿਆ ਜੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਗੁਰੂ ਨਾਨਕ ਦੇਵ ਜੀ ਦੀ ਬੜੀ ਕਿਰਪਾ ਹੋਈ ਹੈ ਜੀ। ਹਾਂਜੀ ਹਾਂਜੀ। ਤੇ ਜਿਹੜਾ ਲਾਂਘਾ ਖੁੱਲਣ ਕਰਕੇ ਜਿਹੜਾ ਸਾਡੇ ਇਲਾਕੇ ਦੀ ਬਹੁਤ ਤਰੱਕੀ ਹੋਈ ਆ, ਅਕਾਲ ਪੁਰਖ ਪਰਮੇਸ਼ਰ ਦੀ ਇਹ ਜਗ੍ਹਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੀ, ਤੇ ਜਿਨ੍ਹਾਂ ਦੇ ਚਰਨ ਪੈਣ ਨਾਲ ਇਹ ਧਰਤੀ ਪਵਿੱਤਰ ਹੋ ਗਈ, ਸਾਡੇ ਇਲਾਕੇ ਦੀ ਵੀ ਮਤਲਬ ਬਹੁਤ ਵਧੀਆ ਗੱਲ ਹੋਈ ਆ। ਦੂਰ ਦੂਰ ਤੋਂ ਸੰਗਤਾਂ ਆ ਕੇ ਤੇ ਮਤਲਬ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਜੀ। ਇਹ ਤਾਂ ਹੁਣ ਅੰਮ੍ਰਿਤਸਰ ਵਾਂਗੂ ਮਸ਼ਹੂਰ ਹੋ ਜਾਏਗਾ, ਹੋ ਹੀ ਗਿਆ, ਬਲਕਿ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਜੀ, ਆਲ ਵਰਲਡ ਦੇ ਵਿੱਚ ਮਸ਼ਹੂਰ ਹੋ ਗਿਆ ਜੀ। ਬਹੁਤ ਅੱਛੀ ਗੱਲ। ਇਹ ਹੁਣ ਗੱਲ ਹੈ ਸਾਡੇ ਵਾਸਤੇ, ਅਸੀਂ ਕਰਮਾਂ ਭਾਗਾਂ ਵਾਲੇ ਇਸ ਧਰਤੀ ਦੇ ਉੱਤੇ ਜਨਮ ਲਿਆ ਜੀ। ਜੀ, ਬਹੁਤ ਸੁੰਦਰ ਵਧੀਆ ਜਗ੍ਹਾ ਬਣ ਗਈ ਆ। ਤੁਸੀਂ ਗਏ ਹੋ ਪਾਕਿਸਤਾਨ ਕਿ ਨਹੀਂ ਫਿਲਹਾਲ? ਪਾਕਿਸਤਾਨ ਤਾਂ ਨਹੀਂ ਗਏ ਜੀ, ਪਾਕਿਸਤਾਨ ਤੋਂ ਅਸੀਂ ਦਰਸ਼ਨ ਕਰਕੇ ਆਏ ਇੱਥੋਂ, ਤੇ ਪਾਕਿਸਤਾਨ ਜਾਣ ਦਾ ਸਾਡਾ ਜੀ ਤਾਂ ਕਰਦਾ ਹੁਣ। ਹੁਣ ਪਾਸਪੋਰਟ ਬਣਾਇਆ ਕਿ ਨਹੀਂ? ਗੁਰਤਾ ਮਾਤੇ ਦਰਸ਼ਨ, ਪਾਸਪੋਰਟ ਜਿਹੜਾ ਵਾ ਉੱਥੇ ਖਬਰਾਂ ਦੇ ਵਿੱਚ ਵੀ ਇਹੀ ਸੁਣਨ ਨੂੰ ਮਿਲ ਰਿਹਾ ਕਿ ਪਾਸਪੋਰਟ ਸਾਨੂੰ ਇੱਥੋਂ ਡੇਰਾ ਬਾਬਾ ਨਾਨਕ ਤੋਂ ਹੀ ਮਤਲਬ ਇੱਥੇ ਬਣੇਗਾ, ਤੇ ਇੱਥੋਂ ਅਪਲਾਈ ਪਹਿਲਾਂ ਕਰਨਾ ਪਵੇਗਾ, ਉਹ ਜੋ ਫਾਰਮੈਲਿਟੀ ਕੰਪਲੀਟ ਕਰਨੀ ਪਵੇਗੀ। ਹਾਂਜੀ, ਪੂਰੀ ਉਹਦਾ ਜੋ ਪ੍ਰੋਸੈਸ ਹੈ ਉਹਨਾਂ ਦਾ ਗਵਰਨਮੈਂਟ ਦਾ, ਉਹਦੇ ਵਿੱਚ ਪੂਰੇ ਉਹਦੇ 'ਚ ਹੋ ਗਏ, ਫਿਰ ਅਸੀਂ ਅੱਗੇ ਮਤਲਬ ਜਾ ਸਕਦੇ ਹਾਂ। ਚਲੋ, ਇਹ ਪਾਕਿਸਤਾਨ ਦੇ ਭਾਰਤ ਦੇ ਲੋਕਾਂ ਨੂੰ ਕੋਈ ਲਾਂਘੇ ਕਰਕੇ ਦੋਸਤੀ ਹੋ ਸਕਦੀ ਤੁਹਾਡੇ ਹਿਸਾਬ ਨਾਲ? ਦੋਸਤੀ ਹੋ ਸਕਦੀ ਹੈ ਜੀ, ਸਭ ਤੋਂ ਵਧੀਆ ਗੱਲ ਹੈ। ਪਹਿਲਾਂ ਵੀ ਅਸੀਂ ਇੱਕ ਸੀਗੇ, ਤੇ ਕੁਛ ਸਾਨੂੰ ਸਿਆਸਤਵਾਨਾਂ ਕਰਕੇ ਅਸੀਂ ਮਤਲਬ ਥੋੜ੍ਹਾ ਅਲੱਗ ਹੋ ਗਏ, ਅਸੀਂ ਕੁਛ ਨਹੀਂ ਕਹਿ ਸਕਦੇ ਇਸ ਚੀਜ਼ ਬਾਰੇ, ਪਰ ਕਹਿਣ ਦਾ ਮਤਲਬ ਆ ਵੀ ਬਹੁਤ ਵੱਡੀ ਗੱਲ ਹੈ ਜਿਹੜੇ ਦੋਵੇਂ ਦੇਸ਼ ਆਪਸ ਵਿੱਚ ਮਿਲ ਰਹੇ ਆ। ਸ਼ਾਂਤੀ ਤਾਂ ਹਰੇਕ ਜੀਵ ਜਿਹੜਾ ਉਹ ਸ਼ਾਂਤੀ ਨੂੰ ਚਾਹੁੰਦਾ, ਤਾਂ ਸ਼ਾਂਤੀ ਹੋਣੀ ਚਾਹੀਦੀ ਹੈ ਜੀ। ਬਹੁਤ ਅੱਛਾ, ਥੈਂਕ ਯੂ, ਥੈਂਕ ਯੂ। ਹਾਂਜੀ ਬਾਬਾ ਜੀ, ਕੀ ਨਾਂ ਕੀ ਆਪਣਾ? ਮੇਰਾ ਨਾਮ ਭਗਤ ਸਿੰਘ ਹੈ ਜੀ। ਵਾਹ ਵਾਹ, ਪਿੰਡ ਮਹਿਦੀਪੁਰਾ। ਅੱਛਾ ਜੀ। ਹਾਂ, ਸਾਡੇ ਦਾਦਾ ਜੀ ਨੇ ਬਹੁਤ ਤਪ ਕੀਤਾ ਹੈ, ਅਤੇ ਉੱਥੇ ਨਾਮਧਾਰੀ ਅਸਥਾਨ ਹੈ ਜੀ, ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ। ਅੱਛਾ, ਇੱਥੇ ਲੱਗੇ ਹੀ ਆ ਆਪਣੇ ਡੇਰਾ ਬਾਬਾ ਨਾਨਕ ਦੇ? ਹਾਂ, ਇੱਥੋਂ 25 ਕਿਲੋਮੀਟਰ ਹੈ ਜੀ, ਫਤਿਹਗੜ੍ਹ ਚੂੜੀਆਂ ਕੋਲ, ਚੂੜੀਆਂ ਤੋਂ 4 ਕਿਲੋਮੀਟਰ ਅੱਗੇ ਹੈ ਜੀ, ਅੰਮ੍ਰਿਤਸਰ ਵਾਲੀ ਸਾਈਡ। ਹਾਂਜੀ ਹਾਂਜੀ, ਅਤੇ ਕਾਫੀ ਦਿਨਾਂ ਤੋਂ ਮਨ ਦੇ ਵਿੱਚ ਤੰਗ ਸੀ ਕਿ ਜਾ ਕੇ ਦਰਸ਼ਨ ਮੇਲਾ ਕਰੀਏ। ਅੱਛਾ, ਕਿਉਂਕਿ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਹੋਈ ਅਤੇ ਸੰਗਤਾਂ ਇਹਨਾਂ ਗੁਰਦੁਆਰਿਆਂ ਦੇ ਦਰਸ਼ਨਾਂ ਤੋਂ ਵਾਂਝੀਆਂ ਹੋ ਗਈਆਂ ਜੀ, ਅਤੇ ਉਦੋਂ ਤੋਂ ਹੀ ਸਿੱਖ ਸੰਗਤਾਂ ਅਰਦਾਸ ਕਰਦੀਆਂ ਸਨ ਸੁਬਾਹ ਸ਼ਾਮ ਕਿ ਕਿਰਪਾ ਹੋਵੇ ਕਿ ਇਹਨਾਂ ਅਸਥਾਨਾਂ ਦੇ ਜਿਹੜੇ ਸਤਿਗੁਰਾਂ ਦੇ ਪਵਿੱਤਰ ਪਾਵਨ ਸਥਾਨ ਨੇ, ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਹੋਣ, ਅਤੇ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਅੱਜ ਪ੍ਰਵਾਨ ਹੋਈ ਹੈ। ਖੁੱਲ੍ਹੇ ਦਰਸ਼ਨ ਦੀਦਾਰੇ ਤਾਂ ਨਹੀਂ ਕਿਉਂਕਿ ਕਾਫੀ ਪਾਬੰਦੀਆਂ ਨੇ, ਪਰ ਫਿਰ ਵੀ ਬੜੀ ਵੱਡੀ ਬੜੀ ਵੱਡੀ ਕਿਰਪਾ ਹੋਈ ਹੈ ਜਿਹੜੀ ਇਹ ਦਰਸ਼ਨ ਦੀਦਾਰਿਆਂ ਦੀ
ਜਿਹੜੀ ਆਪਸ ਵਿੱਚ ਜਿਹੜੀ ਆ ਨਾ ਇਹ ਸਾਂਝ ਪਈ ਹੈ ਜੀ, ਤੇ ਬਹੁਤ ਸਾਨੂੰ ਇਸ ਗੱਲ ਦੀ ਖੁਸ਼ੀ ਅਸੀਂ ਚੇਚੇ ਤੌਰ ਤੇ ਦਰਸ਼ਨ ਮੇਲਾ ਕਰਨ ਵਾਸਤੇ ਬਣਿਆ। ਪਾਸਪੋਰਟ ਨਹੀਂ ਪਾਕਿਸਤਾਨ ਗਏ ਕਦੇ? ਨਹੀਂ, ਮੈਂ ਅਜੇ ਤੱਕ ਪਾਸਪੋਰਟ ਨਹੀਂ ਗਿਆ ਜੀ, ਮੈਂ ਹੋਰ ਕੰਟਰੀਆਂ ਦੇ ਵਿੱਚ ਗਿਆ ਵਾਂ, ਮੈਂ ਪਾਕਿਸਤਾਨ ਨਹੀਂ ਗਿਆ ਜੀ ਅਜੇ ਤੱਕ। ਚਲੋ ਹੁਣ ਫਿਰ ਜਾਓਗੇ ਗੁਰਦੁਆਰਾ ਕਰਤਾਰਪੁਰ ਸਾਹਿਬ? ਦੇਖੋ ਦਰਸ਼ਨ ਮੇਲਾ ਕਰਨ ਜਾਵਾਂਗੇ ਜੀ, ਕਿਉਂਕਿ ਬਹੁਤ ਦੇਰ ਤੋਂ ਸਦਰ ਸੀ ਮਨ ਦੇ ਵਿੱਚ ਦਰਸ਼ਨ ਮੇਲਾ ਕਰੀਏ ਸਤਿਗੁਰਾਂ ਦੇ ਸਥਾਨ ਦਾ, ਤੇ ਹੁਣ ਮੌਕਾ ਬਣਿਆ ਜਾਵਾਂਗੇ ਜੀ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਨਰਿੰਦਰਜੀਤ ਸਿੰਘ ਜੀ। ਅੱਛਾ, ਕੀ ਕੰਮ ਕਰਦੇ ਹੋ? ਇਸ ਤਰ੍ਹਾਂ ਗੱਡੀ ਚਲਾਈ ਦੀ ਹੈ ਜੀ। ਗੱਡੀ ਚਲਾਉਂਦੇ? ਇਹ ਅੱਜ ਤੁਸੀਂ ਇੱਥੇ ਬਾਰਡਰ 'ਤੇ ਲੈ ਕੇ ਆਏ ਹੋ, ਇਹ ਪਾਰਕਿੰਗ ਸੰਬੰਧੀ ਕੀ ਸਮੱਸਿਆ ਹੈ ਤੁਹਾਨੂੰ ਦੱਸੋ? ਪਾਰਕਿੰਗ ਜਿਹੜਾ ਸਾਡਾ ਇੱਥੇ ਗੁਰਦੁਆਰਾ ਸਾਹਿਬ ਆ ਬਾਰਡਰ ਦੇ ਨਾਲ ਜਿੱਥੇ ਅਰਦਾਸ ਹੁੰਦੀ ਸੀ, ਹਾਂਜੀ, ਇੱਥੇ ਬਹੁਤ ਜ਼ਿਆਦਾ ਸੰਗਤਾਂ ਆਉਂਦੀਆਂ ਨੇ ਮੱਥਾ ਟੇਕਣ ਵਾਸਤੇ, ਅਤੇ ਗੱਡੀ ਦੇ ਇੱਥੇ ਜਿਹੜਾ ਬਜ਼ੁਰਗ ਵੀ ਆਉਂਦੇ ਆ, ਬੰਦੇ ਬਜ਼ੁਰਗ ਵੀ ਆਉਂਦੇ ਆ, ਉਹ ਗੱਡੀਆਂ ਪਿੱਛੇ ਖੜੀਆਂ ਕਰ ਦਿੰਦੇ ਕਿਸੇ। ਹਾਂਜੀ ਹਾਂਜੀ, ਅਤੇ ਇਹ ਚਾਹੀਦਾ ਸਾਨੂੰ ਵੀ ਇਸ ਤਰ੍ਹਾਂ, ਮਤਲਬ ਜਿੱਥੇ ਗੁਰਦੁਆਰਾ ਸਾਹਿਬ ਇਹਦੇ ਲਾਗੇ ਹੀ ਕੋਈ ਪਾਰਕਿੰਗ ਹੋ ਜਾਵੇ, ਤਾਂ ਕਿ ਜਿਹੜੇ ਬਜ਼ੁਰਗ ਬੰਦੇ ਬੱਚੇ ਆ ਉਹ ਇੱਥੇ ਆਪਣੇ ਗੱਡੀ ਰੋਕੀ ਨਾ ਜਾਵੇ, ਇੱਧਰ ਹੀ ਚਾਹੀਦੀ ਆ ਕੋਈ ਦੋ ਤਿੰਨ ਕਿਲੇ ਦੇ ਵਿੱਚ। ਇਹ ਹੁਣ ਲੰਘੇ ਤਾਂ ਕਿੰਨੇ ਕੁ ਬੰਦੇ ਆਉਂਦੇ ਹੈਗੇ ਦਰਸ਼ਨ ਕਰਨ? ਵੈਸੇ ਦਰਸ਼ਨ ਕਰਨ ਤਾਂ ਬਹੁਤ ਜ਼ਿਆਦਾ ਆਉਣੇ ਹੀ, ਸਿਰਫ ਆਧਾਰ ਕਾਰਡ ਚਾਹੀਦਾ ਵਾ, ਜਿਹੜਾ ਪਾਸਪੋਰਟ ਦਾ ਪੰਗਾ ਉਹ ਨਹੀਂ ਚਾਹੀਦਾ। ਚਲੋ ਠੀਕ ਹੈ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਹੁਣੇ ਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਗੁਰਪੁਰਬ ਮਨਾ ਕੇ ਹਟੇ ਹਾਂ, ਜਾਂ ਇਹ ਸ਼ਤਾਬਦੀ ਮਨਾ ਕੇ ਹਟੇ ਹਾਂ। ਜੋ ਪ੍ਰੋਗਰਾਮ 2 ਤਰੀਕ ਤੋਂ 2 ਨਵੰਬਰ ਤੋਂ ਸ਼ੁਰੂ ਹੋਏ ਸੀ ਅਤੇ 15 ਨਵੰਬਰ ਤੱਕ ਚੱਲਦੇ ਰਹੇ ਲਗਾਤਾਰ, ਅਤੇ ਇਸ ਸਮੇਂ ਦੌਰਾਨ ਜੋ ਮੈਂ ਇੱਕ ਲੇਖਕ ਹੋਣ ਦੇ ਨਾਤੇ ਜੋ ਮੈਂ ਮਹਿਸੂਸ ਕੀਤਾ ਜਾਂ ਜੋ ਦੇਖਿਆ, ਜਾਂ ਗੁਰੂ ਨਾਨਕ ਸਾਹਿਬ ਦੀ ਸੋਚ ਕੀ ਸੀ, ਜਾਂ ਅਸੀਂ ਉਹਨਾਂ ਦੀ ਸੋਚ ਨੂੰ ਲੈ ਕੇ ਮਨਾਇਆ, ਜਾਂ ਅਸੀਂ ਆਪਣੀ ਸੋਚ ਅਨੁਸਾਰ ਮਨਾਇਆ, ਜੋ ਵੀ ਮੈਂ ਦੇਖਿਆ ਉਸ ਨੂੰ ਇੱਕ ਮੈਂ ਕਵਿਤਾ ਵਿੱਚ ਕਲਮਬੱਧ ਕੀਤਾ ਹੈ, ਸੋ ਆਪ ਸਭ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਹੈ ਜੀ। 550 ਸਾਲਾ ਗੁਰੂ ਨਾਨਕ ਦਾ ਕੁਝ ਇੰਜ ਮਨਾਇਆ ਸੰਗਤਾਂ ਨੇ, ਟੰਗ ਛਿੱਕੇ ਸਭ ਸਿਧਾਂਤਾਂ ਨੂੰ, ਇੱਕ ਫਰਜ਼ ਨਿਭਾਇਆ ਸੰਗਤਾਂ ਨੇ। ਪਵਨ ਗੁਰੂ ਅਤੇ ਪਾਣੀ ਪਿਤਾ ਦੇ ਸਿੱਖ ਅਰਥ ਸਾਨੂੰ ਸਮਝਾ ਰਹੇ ਸੀ, ਆਤਿਸ਼ਬਾਜ਼ੀਆਂ ਅਤੇ ਪਟਾਕਿਆਂ ਨੂੰ ਹੁੱਬ ਹੁੱਬ ਕੇ ਅੱਗਾਂ ਲਾ ਰਹੇ ਸੀ, ਕੋਈ ਸੈਲਫੀਆਂ ਲਈ ਜਾਂਦਾ ਸੀ, ਕੋਈ ਵੀਡੀਓ ਪਿਆ ਬਣਾਉਂਦਾ ਸੀ, ਕੋਈ ਵਿੱਚ ਸਰੋਵਰ ਨਹਾ ਰਿਹਾ ਸੀ, ਕੋਈ ਢੋਲਕੀਆਂ ਖੜਕਾ ਰਿਹਾ ਸੀ, ਲੰਗਰ ਬਰਗਰ ਪੀਜ਼ਿਆਂ ਦੇ ਲੱਗੇ ਸੀ, ਖਿੱਚ ਧੂਹ ਵਿੱਚ ਪਾੜ ਦੇ ਝੱਗੇ ਸੀ, ਚਾਰੇ ਪਾਸੇ ਸਪੀਕਰ ਵੱਜਦੇ ਸੀ, ਕਈ ਗੁਆਚੇ ਨੂੰ ਪੇ ਲੱਭਦੇ ਸੀ, ਲੰਗਰਾਂ ਦੀ ਬੜੀ ਭਰਮਾਰ ਸੀ, ਹੁੰਦੀ ਸੇਵਾ ਬੇਸ਼ੁਮਾਰ ਸੀ, ਨਾਲ ਪਕੌੜੇ ਲਿਫਾਫੇ ਕੋਈ ਭਰਦਾ ਸੀ, ਕੋਈ ਬਿਰਲਾ ਹੀ ਸਿਮਰਨ ਕਰਦਾ ਸੀ, ਕਿਤੇ ਪੁਲਿਸ ਵਾਲੇ ਹੱਥ ਜੋੜਦੇ ਸੀ, ਕਿਤੇ ਰੋਹਬ ਨਾਲ ਪਿੱਛੇ ਮੋੜਦੇ ਸੀ, ਕੋਈ ਆਕੜ ਪਿਆ ਦਿਖਾਉਂਦਾ ਸੀ, ਗੱਡੀ ਧੱਕੇ ਨਾਲ ਲੰਘਾਉਂਦਾ ਸੀ, ਕਈ ਹੱਥ ਵਿੱਚ ਹੱਥ ਫੜੀ ਜਾਂਦੇ ਸੀ, ਛੱਡ ਚੱਪਲਾਂ ਬੂਟ ਪਏ ਪਾਉਂਦੇ ਸੀ, ਬਹੁਤੇ ਖੂਬ ਹੀ ਮਸਤੀ ਕਰਦੇ ਸੀ, ਹਾਜ਼ਰੀ ਹਰ ਲੰਗਰ ਦੀ ਭਰਦੇ ਸੀ, ਕਿਤੇ ਲੱਗੀ ਹੋਈ ਨੁਮਾਇਸ਼ ਸੀ, ਸੰਦ ਖੇਤੀ ਵਾਲੇ ਮੇਲਾ ਸਾਇੰਸ ਸੀ, ਮੇਲਾ ਵਿਰਾਸਤੀ ਵੀ ਨਜ਼ਰ ਆਉਂਦਾ ਸੀ, ਯਾਦ ਬੀਤੇ ਦੀ ਵਿਆਹ ਕਰਾਉਂਦਾ ਸੀ, ਕਿਤੇ ਗੀਤ ਅਤੇ ਸੰਗੀਤ, ਕਿਤੇ ਰੌਸ਼ਨੀ ਦੇ ਰੰਗ ਸੀ, ਚੋਰਾਂ ਦੇ ਨਸ਼ੇੜੀਆਂ ਨੇ ਕੀਤੇ ਕਈ ਨੰਗ ਸੀ, ਛੱਡ ਸਾਂਝੀ ਬਾਲਤਾਂ ਸਟੇਜਾਂ ਸੀਧੋ ਲੱਗੀਆਂ, ਉਹੀਓ ਉਪਦੇਸ਼ ਦੇਣ ਮਾਰਦੇ ਜੋ ਠੱਗੀਆਂ, ਰੰਗ ਅਤੇ ਤਮਾਸ਼ਾ ਦੁਨੀਆਂ ਦਾ ਵਾ ਕਮਾਲ ਸੀ, ਨਾਨਕ ਦੀ ਸੋਚ ਵਾਲਾ ਕਿਸੇ ਨਾ ਖਿਆਲ ਸੀ, ਨਾ ਹੀ ਕੋਈ ਗੁਰੂ ਅਤੇ ਨਾ ਹੀ ਕੋਈ ਚੇਲਾ ਸੀ, ਥੋੜ੍ਹਾ ਗੁਰਪੁਰਬ ਪਰ ਬਹੁਤਾ ਲੱਗਾ ਮੇਲਾ ਸੀ, ਸੀ ਦੁਨੀਆਂ ਦੀ ਅੱਖ ਨਾਲ ਸਭ ਕੁਝ ਫੱਬਦਾ, ਬਾਬਾ ਨਾਨਕ ਮੇਲੇ ਵਿੱਚ ਕਿਤੇ ਨਹੀਂ ਸੀ ਲੱਭਦਾ, ਗੁਰੂ ਦੀਆਂ ਗੋਲਕਾਂ ਅਤੇ ਰਾਜ ਬੇਈਮਾਨਾਂ ਦਾ, ਧਰਮ ਦੇ ਲਿਬਾਸਾਂ ਵਿੱਚ ਵਾਸ ਹੈ ਹੈਵਾਨਾਂ ਦਾ, ਗੁਰੂ ਦਿਆਂ ਸਿੱਖਾਂ ਲਈ ਪੂਰਾ ਸਤਿਕਾਰ ਵਾ, ਜਿਹੜੇ ਸ਼ਰਧਾ ਨਾਲ ਆਏ ਸੀ ਨਾ ਜੀ, ਗੁਰੂ ਸਾਹਿਬ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਜਿਹਨੀ ਨਤਮਸਤਕ ਹੋਏ ਆ ਉਹਨਾਂ ਲਈ ਪੂਰਾ ਸਤਿਕਾਰ ਆ, ਗੁਰੂ ਦਿਆਂ ਸਿੱਖਾਂ ਲਈ ਪੂਰਾ ਸਤਿਕਾਰ ਵਾ, ਗੁਰੂ ਦਿਆਂ ਬਚਨਾਂ ਦੇ ਜਿਹੜੇ ਪਹਿਰੇਦਾਰ ਵਾ, ਬਿਰਲੇ ਹੀ ਹੁੰਦੇ ਜਿਹੜੇ ਰੰਗੇ ਵਿੱਚ ਰੰਗਦੇ, ਸੱਚੇ ਸਿੱਖ ਭਲਾ ਸਦਾ ਸਭਨਾਂ ਦਾ ਮੰਗਦੇ, ਗੁਰੂਆਂ ਦੇ ਨਾਂ 'ਤੇ ਸ਼ੁਰੂ ਹੋਏ ਤਿਉਹਾਰਾਂ ਦੇ, ਮਾਇਨੇ ਬਦਲਾਤੇ ਕੌਮ ਦਿਆਂ ਸਰਦਾਰਾਂ ਦੇ, ਸੁਲਤਾਨਪੁਰ
ਕਿੱਥੋਂ ਅੱਜ ਕਿੱਥੇ ਅਸੀਂ ਪਹੁੰਚ ਗਏ, ਹੋਏ ਉਹੀਓ ਕਾਮਯਾਬ ਜਿਹੜੇ ਗਲਤੀਆਂ ਨੂੰ ਸੋਚ ਗਏ, ਉਹੀਓ ਹੋਏ ਕਾਮਯਾਬ ਜਿਹੜੇ ਗਲਤੀਆਂ ਨੂੰ ਸੋਚ ਗਏ। ਬਹੁਤ ਅੱਛਾ, ਥੈਂਕ ਯੂ ਜੀ, ਧੰਨਵਾਦ ਜੀ।